ਬਈ ਯੂਪੀ ਦੀ ਇਸ ਲੜਕੀ ਨੇ 10ਵੀਂ ਕਲਾਸ ਦੇ ਵਿੱਚੋਂ ਟੌਪ ਕੀਤਾ ਹੈ, ਪਰ ਜਦੋਂ ਦੀ ਇਸ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਕਈ ਲੋਕਾਂ ਨੇ ਇਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਇਹ ਕਹਿ ਰਹੇ ਨੇ ਵੀ ਇਹ ਲੜਕੀ ਹੈ ਜਾਂ ਲੜਕਾ, ਇਸ ਦਾ ਨਾਮ ਪ੍ਰਾਚੀ ਹੈ ਜਾਂ ਪ੍ਰਾਚਾ, ਦੇਖੋ ਇਸ ਦੇ ਚਿਹਰੇ ਤੇ ਮੁੱਛਾਂ ਕਿਵੇਂ ਮੁੰਡਿਆਂ ਵਾਂਗੂ ਨੇ। ਮੀਡੀਆ ਵਾਲਿਆਂ ਨੇ ਫਰਜ਼ੀ ਤਸਵੀਰ ਤਾਂ ਨਹੀਂ ਪਾਤੀ? ਇਹ ਸ਼ਰਮਸਾਰ ਕਰਨ ਵਾਲੇ ਕਮੈਂਟਸ ਯੂਪੀ ਬੋਰਡ 'ਚ 10ਵੀਂ 'ਚ ਪੂਰੇ ਯੂਪੀ 'ਚ ਟੌਪ ਕਰਨ ਵਾਲੀ ਪ੍ਰਾਚੀ ਲਈ ਨੇ। ਇਹ ਕਮੈਂਟਸ ਸਵਾਲ ਪੈਦਾ ਕਰਦੇ ਨੇ ਕਿ ਸਾਡਾ ਬਹੁਤਾ ਸਮਾਜ ਕਿੰਨਾ ਗਿਰ ਚੁੱਕਾ ਹੈ, ਸੰਵੇਦਨਸ਼ੀਲਤਾ ਤਾਂ ਬਹੁਤ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਕੀ 15 ਸਾਲ ਦੀ ਲੜਕੀ ਜਿਸਨੇ 600 ਚੋਂ 599 ਨੰਬਰ ਲਏ ਉਸਦਾ ਮਜ਼ਾਕ ਉਡਾ ਕੇ ਸਾਨੂੰ ਸ਼ਾਂਤੀ ਮਿਲ ਜਾਵੇਗੀ? ਜਦੋਂ ਇਹ ਰਿਜ਼ਲਟ ਆਇਆ ਤਾਂ ਇਸ ਦੀ ਤਸਵੀਰ ਪਈ ਤਾਂ ਛੋਟੀ ਸੋਚ ਵਾਲੇ ਲੋਕਾਂ ਨੇ ਇਸ ਦੀ ਸ਼ਕਲ ਨੂੰ ਲੈ ਕੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਜਾਏ ਇਹ ਦੇਖਣ ਦੇ ਕਿ ਉਸਦੀ ਮਿਹਨਤ ਨੇ ਕਿਹੜਾ ਰੰਗ ਲਾਇਆ ਹੈ। ਉਹ ਲੜਕੀ ਨੇ ਇੰਸਟਾ ਰੀਲਾਂ ਦੀ ਜਗ੍ਹਾ ਕਿਤਾਬਾਂ ਚੁਣੀਆਂ, ਜਿਸਨੇ ਪਾਰਲਰ ਜਾਣ ਦੀ ਬਜਾਏ ਆਪਣਾ ਕਰੀਅਰ ਚੁਣਿਆ। ਉਸਦੀ ਸ਼ਕਲ ਨੂੰ ਲੈ ਕੇ ਅਜਿਹਾ ਮਜ਼ਾਕ ਬਣਾਤਾ ਅਤੇ ਇਹ ਦਰਸਾ ਦਿੱਤਾ ਕਿ ਸਮਾਜ ਹਜੇ ਵੀ ਘਟੀਆ ਲੋਕਾਂ ਦੀ ਸੋਚ ਦੇ ਨਾਲ ਭਰਿਆ ਪਿਆ ਹੈ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਸ ਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਪ੍ਰਾਚੀ ਦੀ ਮਿਹਨਤ ਦੇ ਲਈ ਕਮੈਂਟਾਂ ਦੇ ਵਿੱਚ ਹੌਸਲਾ ਅਫਜਾਈ ਉਸਦੀ ਜ਼ਰੂਰ ਕਰਿਓ। ਬਈ ਯੂਪੀ ਦੀ ਇਸ ਲੜਕੀ ਨੇ 10ਵੀਂ ਕਲਾਸ ਦੇ ਵਿੱਚੋਂ ਟੌਪ ਕੀਤਾ ਹੈ, ਪਰ ਜਦੋਂ ਦੀ ਇਸ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਕਈ ਲੋਕਾਂ ਨੇ ਇਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਇਹ ਕਹਿ ਰਹੇ ਨੇ ਵੀ ਇਹ ਲੜਕੀ ਹੈ ਜਾਂ ਲੜਕਾ, ਇਸ ਦਾ ਨਾਮ ਪ੍ਰਾਚੀ ਹੈ ਜਾਂ ਪ੍ਰਾਚਾ, ਦੇਖੋ ਇਸ ਦੇ ਚਿਹਰੇ ਤੇ ਮੁੱਛਾਂ ਕਿਵੇਂ ਮੁੰਡਿਆਂ ਵਾਂਗੂ ਨੇ। ਮੀਡੀਆ ਵਾਲਿਆਂ ਨੇ ਫਰਜ਼ੀ ਤਸਵੀਰ ਤਾਂ ਨਹੀਂ ਪਾਤੀ? ਇਹ ਸ਼ਰਮਸਾਰ ਕਰਨ ਵਾਲੇ ਕਮੈਂਟਸ ਯੂਪੀ ਬੋਰਡ 'ਚ 10ਵੀਂ 'ਚ ਪੂਰੇ ਯੂਪੀ 'ਚ ਟੌਪ ਕਰਨ ਵਾਲੀ ਪ੍ਰਾਚੀ ਲਈ ਨੇ। ਇਹ ਕਮੈਂਟਸ ਸਵਾਲ ਪੈਦਾ ਕਰਦੇ ਨੇ ਕਿ ਸਾਡਾ ਬਹੁਤਾ ਸਮਾਜ ਕਿੰਨਾ ਗਿਰ ਚੁੱਕਾ ਹੈ, ਸੰਵੇਦਨਸ਼ੀਲਤਾ ਤਾਂ ਬਹੁਤ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਕੀ 15 ਸਾਲ ਦੀ ਲੜਕੀ ਜਿਸਨੇ 600 ਚੋਂ 599 ਨੰਬਰ ਲਏ ਉਸਦਾ ਮਜ਼ਾਕ ਉਡਾ ਕੇ ਸਾਨੂੰ ਸ਼ਾਂਤੀ ਮਿਲ ਜਾਵੇਗੀ? ਜਦੋਂ ਇਹ ਰਿਜ਼ਲਟ ਆਇਆ ਤਾਂ ਇਸ ਦੀ ਤਸਵੀਰ ਪਈ ਤਾਂ ਛੋਟੀ ਸੋਚ ਵਾਲੇ ਲੋਕਾਂ ਨੇ ਇਸ ਦੀ ਸ਼ਕਲ ਨੂੰ ਲੈ ਕੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਜਾਏ ਇਹ ਦੇਖਣ ਦੇ ਕਿ ਉਸਦੀ ਮਿਹਨਤ ਨੇ ਕਿਹੜਾ ਰੰਗ ਲਾਇਆ ਹੈ। ਉਹ ਲੜਕੀ ਨੇ ਇੰਸਟਾ ਰੀਲਾਂ ਦੀ ਜਗ੍ਹਾ ਕਿਤਾਬਾਂ ਚੁਣੀਆਂ, ਜਿਸਨੇ ਪਾਰਲਰ ਜਾਣ ਦੀ ਬਜਾਏ ਆਪਣਾ ਕਰੀਅਰ ਚੁਣਿਆ। ਉਸਦੀ ਸ਼ਕਲ ਨੂੰ ਲੈ ਕੇ ਅਜਿਹਾ ਮਜ਼ਾਕ ਬਣਾਤਾ ਅਤੇ ਇਹ ਦਰਸਾ ਦਿੱਤਾ ਕਿ ਸਮਾਜ ਹਜੇ ਵੀ ਘਟੀਆ ਲੋਕਾਂ ਦੀ ਸੋਚ ਦੇ ਨਾਲ ਭਰਿਆ ਪਿਆ ਹੈ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਸ ਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਪ੍ਰਾਚੀ ਦੀ ਮਿਹਨਤ ਦੇ ਲਈ ਕਮੈਂਟਾਂ ਦੇ ਵਿੱਚ ਹੌਸਲਾ ਅਫਜਾਈ ਉਸਦੀ ਜ਼ਰੂਰ ਕਰਿਓ। ਬਈ ਯੂਪੀ ਦੀ ਇਸ ਲੜਕੀ ਨੇ 10ਵੀਂ ਕਲਾਸ ਦੇ ਵਿੱਚੋਂ ਟੌਪ ਕੀਤਾ ਹੈ, ਪਰ ਜਦੋਂ ਦੀ ਇਸ ਦੀ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ, ਕਈ ਲੋਕਾਂ ਨੇ ਇਸ ਦਾ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਇਹ ਕਹਿ ਰਹੇ ਨੇ ਵੀ ਇਹ ਲੜਕੀ ਹੈ ਜਾਂ ਲੜਕਾ, ਇਸ ਦਾ ਨਾਮ ਪ੍ਰਾਚੀ ਹੈ ਜਾਂ ਪ੍ਰਾਚਾ, ਦੇਖੋ ਇਸ ਦੇ ਚਿਹਰੇ ਤੇ ਮੁੱਛਾਂ ਕਿਵੇਂ ਮੁੰਡਿਆਂ ਵਾਂਗੂ ਨੇ। ਮੀਡੀਆ ਵਾਲਿਆਂ ਨੇ ਫਰਜ਼ੀ ਤਸਵੀਰ ਤਾਂ ਨਹੀਂ ਪਾਤੀ? ਇਹ ਸ਼ਰਮਸਾਰ ਕਰਨ ਵਾਲੇ ਕਮੈਂਟਸ ਯੂਪੀ ਬੋਰਡ 'ਚ 10ਵੀਂ 'ਚ ਪੂਰੇ ਯੂਪੀ 'ਚ ਟੌਪ ਕਰਨ ਵਾਲੀ ਪ੍ਰਾਚੀ ਲਈ ਨੇ। ਇਹ ਕਮੈਂਟਸ ਸਵਾਲ ਪੈਦਾ ਕਰਦੇ ਨੇ ਕਿ ਸਾਡਾ ਬਹੁਤਾ ਸਮਾਜ ਕਿੰਨਾ ਗਿਰ ਚੁੱਕਾ ਹੈ, ਸੰਵੇਦਨਸ਼ੀਲਤਾ ਤਾਂ ਬਹੁਤ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਕੀ 15 ਸਾਲ ਦੀ ਲੜਕੀ ਜਿਸਨੇ 600 ਚੋਂ 599 ਨੰਬਰ ਲਏ ਉਸਦਾ ਮਜ਼ਾਕ ਉਡਾ ਕੇ ਸਾਨੂੰ ਸ਼ਾਂਤੀ ਮਿਲ ਜਾਵੇਗੀ? ਜਦੋਂ ਇਹ ਰਿਜ਼ਲਟ ਆਇਆ ਤਾਂ ਇਸ ਦੀ ਤਸਵੀਰ ਪਈ ਤਾਂ ਛੋਟੀ ਸੋਚ ਵਾਲੇ ਲੋਕਾਂ ਨੇ ਇਸ ਦੀ ਸ਼ਕਲ ਨੂੰ ਲੈ ਕੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਬਜਾਏ ਇਹ ਦੇਖਣ ਦੇ ਕਿ ਉਸਦੀ ਮਿਹਨਤ ਨੇ ਕਿਹੜਾ ਰੰਗ ਲਾਇਆ ਹੈ। ਉਹ ਲੜਕੀ ਨੇ ਇੰਸਟਾ ਰੀਲਾਂ ਦੀ ਜਗ੍ਹਾ ਕਿਤਾਬਾਂ ਚੁਣੀਆਂ, ਜਿਸਨੇ ਪਾਰਲਰ ਜਾਣ ਦੀ ਬਜਾਏ ਆਪਣਾ ਕਰੀਅਰ ਚੁਣਿਆ। ਉਸਦੀ ਸ਼ਕਲ ਨੂੰ ਲੈ ਕੇ ਅਜਿਹਾ ਮਜ਼ਾਕ ਬਣਾਤਾ ਅਤੇ ਇਹ ਦਰਸਾ ਦਿੱਤਾ ਕਿ ਸਮਾਜ ਹਜੇ ਵੀ ਘਟੀਆ ਲੋਕਾਂ ਦੀ ਸੋਚ ਦੇ ਨਾਲ ਭਰਿਆ ਪਿਆ ਹੈ। ਤੁਸੀਂ ਇਸ ਵੀਡੀਓ ਨੂੰ ਦੇਖ ਕੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜਿਸ ਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ, ਅਤੇ ਪ੍ਰਾਚੀ ਦੀ ਮਿਹਨਤ ਦੇ ਲਈ ਕਮੈਂਟਾਂ ਦੇ ਵਿੱਚ ਹੌਸਲਾ ਅਫਜਾਈ ਉਸਦੀ ਜ਼ਰੂਰ ਕਰਿਓ।